ਪੈਦਾ ਹੋਇਆ, ਇਸਲਾਮਾਬਾਦ 'ਚ ਮੇਰੀ ਜੋਬ ਹੋਈ ਔਰ ਇਸਲਾਮਾਬਾਦ ਤੋਂ ਡਾਇਰੈਕਟ ਬਾਈ ਏਅਰ ਮੈਂ ਅਮੈਰੀਕਾ ਪਹੁੰਚ ਗਿਆ ਔਰ ਅਮੈਰੀਕਾ ਮੈਂ ਆ ਗਿਆ ਸਿਰਫ ਬਾਏ ਦਾ ਵਰਚੂ ਆਫ ਫੇਸਬੁੱਕ। ਫੇਸਬੁੱਕ ਦੀ ਵਜ੍ਹਾ ਨਾਲ ਅੱਜ ਮੈਂ ਇੱਥੇ ਖਲੋਤਾ ਆਇਆ ਵਾਂ। ਮੈਂ ਕਹਾਂਗਾ ਥੈਂਕਸ ਫੇਸਬੁੱਕ, ਕਿ ਫੇਸਬੁੱਕ ਦਾ ਸ਼ੁਕਰੀਆ ਕਿ ਫੇਸਬੁੱਕ ਨੇ ਮੈਨੂੰ ਪੂਰੀ ਦੁਨੀਆ ਦੇ ਵਿੱਚ ਇੰਝ ਕਰਕੇ ਮਸ਼ਹੂਰ ਕਰ ਦਿੱਤਾ ਕਿ ਅੱਜ ਮੈਂ ਤੁਹਾਡੇ ਸਾਹਮਣੇ ਖਲੋਤਾ ਆਇਆ ਹਾਂ। ਮੈਂ ਹਾਂ ਤੁਹਾਡਾ ਆਪਣਾ ਬਾਬਾ ਔਰ ਤੁਸੀਂ ਦੇਖ ਰਹੇ ਹੋ ਫੇਸਬੁੱਕ ਦਾ ਹੈੱਡ ਆਫਿਸ, ਜਿੱਥੇ ਕਿ ਪੂਰੀ ਦੁਨੀਆ ਆ ਕੇ ਇੱਦਾਂ ਕਰਕੇ ਫੋਟੋ ਲਵਾਉਂਦੀ ਹੈ। ਇਹ ਉਹੀ ਜਗ੍ਹਾ ਹੈ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਮੈਂ ਕਹਾਂਗਾ ਕਿ ਅਗਰ ਦਿਲ ਨਾਲ ਕੋਈ ਵੀ ਕੰਮ ਕੀਤਾ ਜਾਏ, ਦਿਲ ਨਾਲ ਕਿਸੇ ਚੀਜ਼ ਦੀ ਵੀ ਸੇਵਾ ਕੀਤੀ ਜਾਏ ਤਾਂ ਇਨਸਾਨ ਦੀਆਂ ਜਿਹੜੀਆਂ ਸੋਚਾਂ ਨੇ ਉਹ ਪੂਰੀਆਂ ਹੋ ਜਾਂਦੀਆਂ, ਖੁਆਇਸ਼ਾਂ ਪੂਰੀਆਂ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਕਿ ਮੇਰੀ ਖੁਆਇਸ਼ ਸੀ ਕਿ USA ਆਉਣ ਦੀ, ਉਹ ਮੇਰੀ ਖੁਆਇਸ਼ ਪੂਰੀ ਹੋ ਗਈ। ਅਗਰ ਫੇਸਬੁੱਕ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਨਾ ਹੁੰਦਾ, ਅਗਰ ਮੈਂ ਪੰਜਾਬੀ ਰਿਸਰਚ ਨਾ ਕਰਦਾ, ਫੇਸਬੁੱਕ 'ਤੇ ਨਾ ਪਾਉਂਦਾ ਤਾਂ ਮੈਂ ਅੱਜ ਇੱਥੇ ਤੱਕ ਨਹੀਂ ਆ ਸਕਦਾ ਸੀ। ਮੈਂ ਫਿਰ ਵਾਰੀ ਕਹਾਂਗਾ ਕਿ ਸਭ ਤੋਂ ਜ਼ਿਆਦਾ ਸ਼ੁਕਰੀਆ ਮੇਰੇ ਵਿਊਵਰਸ ਦਾ ਔਰ ਉਸ ਤੋਂ ਵੀ ਪਹਿਲੇ ਫੇਸਬੁੱਕ ਦਾ ਕਿ ਜਿਹਨੇ ਮੈਨੂੰ ਪੂਰੀ ਦੁਨੀਆ 'ਚ ਇੰਟਰੋਡਿਊਸ ਕੀਤਾ। ਥੈਂਕਸ ਫੇਸਬੁੱਕ। ਹੁਣ ਦੇਖ ਲੈਂਦੇ। ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਹਾਡਾ ਬਾਬਾ ਅੱਜ ਫਿਰ ਪਹੁੰਚ ਗਿਆ ਫੇਸਬੁੱਕ ਦੇ ਹੈੱਡ ਆਫਿਸ, ਵਨ ਹੈਕਰ ਵੇ ਫੇਸਬੁੱਕ। ਮੈਂ ਕਹਾਂਗਾ ਕਿ ਮੇਰੀ ਲਾਈਫ ਨੂੰ ਚੇਂਜ ਕਰ ਦਿੱਤਾ ਫੇਸਬੁੱਕ ਨੇ। ਸ਼ਾਇਦ ਅਗਰ ਮੈਂ ਫੇਸਬੁੱਕ ਜੁਆਇਨ ਨਾ ਕਰਦਾ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਥੋੜ੍ਹ ਜਿਹੀ ਰਹਿੰਦੀ। ਉਹ ਥੋੜ੍ਹ ਕੀ ਸੀ? ਉਹ ਇਹੀ ਸੀ ਕਿ ਮੈਂ ਆਪਣਾ ਆਪ ਕਿਸੇ ਦੇ ਸਾਹਮਣੇ ਲੈ ਕੇ ਨਾ ਆ ਸਕਦਾ। ਅਗਰ ਮੈਂ ਪੰਜਾਬੀ ਖੋਜ ਜਾਂ ਪੰਜਾਬੀ ਹੈਰੀਟੇਜ ਦੇ ਬਾਰੇ ਗੱਲ ਨਾ ਕਰਦਾ ਔਰ ਉਹਨੂੰ ਲੈ ਕੇ ਮੈਂ ਫੇਸਬੁੱਕ 'ਤੇ ਨਾ ਪਹੁੰਚਦਾ ਤਾਂ ਮੇ ਵੀ ਅੱਜ ਮੈਂ ਤੁਹਾਨੂੰ ਇੱਥੇ ਨਜ਼ਰ ਨਾ ਆਉਂਦਾ। ਮੈਂ ਕਹਾਂਗਾ ਮੈਂ 7 ਸਮੁੰਦਰ ਪਾਰ ਕਰਕੇ ਲਾਹੌਰ 'ਚ ਪੈਦਾ ਹੋ ਕੇ ਇਸਲਾਮਾਬਾਦ ਜਾ ਕੇ ਔਰ ਇਸਲਾਮਾਬਾਦ ਤੋਂ ਠੀਕ 15 ਸਾਲ ਬਾਅਦ ਮੈਂ USA ਪਹੁੰਚ ਗਿਆ ਔਰ ਸਿਰਫ ਇਟਸ ਆਲ ਅਬਾਊਟ ਫੇਸਬੁੱਕ। ਥੈਂਕਸ ਫੇਸਬੁੱਕ, ਕਿ ਫੇਸਬੁੱਕ ਦੀ ਵਜ੍ਹਾ ਨਾਲ ਅੱਜ ਪੂਰੀ ਦੁਨੀਆ ਮੈਨੂੰ ਜਾਣਦੀ ਹੈ, ਪੂਰੇ ਵਰਲਡ ਦੇ ਵਿੱਚ ਮੇਰੀ ਫੋਟੋਗ੍ਰਾਫੀ ਦੇਖ ਰਹੇ ਨੇ, ਮੇਰੀ ਵੀਡੀਓਗ੍ਰਾਫੀਜ਼ ਦੇਖ ਰਹੇ ਨੇ, ਮੇਰੀ ਰਿਸਰਚ ਦੇਖ ਰਹੇ ਨੇ, ਮੇਰੀ ਹਿਸਟਰੀ ਬਾਰੇ ਪੜ੍ਹ ਰਹੇ ਨੇ। ਮੈਂ ਕਹਾਂਗਾ ਕਿ ਫੇਸਬੁੱਕ ਨਾ ਹੁੰਦੀ ਤਾਂ ਕੁਛ ਵੀ ਨਾ ਹੁੰਦਾ। ਅਗਰ ਇਨਸਾਨ ਕੁਛ ਕਰਨਾ ਚਾਹੇ ਜਾਂ ਕੁਛ ਕਰਨਾ ਕਰਕੇ ਦਿਖਾਉਣਾ ਚਾਹੁੰਦਾ ਹੋਵੇ, ਮੈਂ ਕਹਿੰਦਾ ਵਾਂ ਇਹ ਬਹੁਤ ਅੱਛਾ ਵੇ, ਬਹੁਤ ਪਿਆਰਾ ਪਲੇਟਫਾਰਮ ਹੈ। ਪਲੀਜ਼ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰੋ, ਰਾਈਟ ਯੂਜ਼ ਕਰੋ ਇਸ ਪਲੇਟਫਾਰਮ ਦਾ। ਅਤੇ ਇੱਥੇ ਆ ਸਕਦੇ ਹੋ ਤੁਸੀਂ ਵੀ ਪ੍ਰੈਜੈਂਟੇਸ਼ਨ ਦੇਣ ਵਾਸਤੇ, ਇੱਥੇ ਆ ਸਕਦੇ ਹੋ ਤੁਸੀਂ ਸਟੱਡੀ ਕਰਨ ਵਾਸਤੇ, ਬਿਲਕੁਲ ਮੇਰੇ ਹੀ ਤਰ੍ਹਾਂ। ਅਗਰ ਤੁਸੀਂ ਤੁਹਾਡੇ ਮਨ ਦੀ ਲਗਨ ਸੱਚੀ ਹੈ, ਅਗਰ ਤੁਸੀਂ ਆਪਣੀ ਧਰਤੀ ਨਾਲ ਪਿਆਰ ਕਰਦੇ ਹੋ ਔਰ ਉਹਨੂੰ ਐਕਸਪਲੋਰ ਕਰਨਾ ਚਾਹੁੰਦੇ ਹੋ ਪੂਰੀ ਦੁਨੀਆ ਦੇ ਉੱਤੇ, ਫੇਸਬੁੱਕ ਇਜ਼ ਅ ਰਾਈਟ ਵੇ। ਫਿਰ ਮੈਂ ਕਹਾਂਗਾ ਇੱਕ ਵਾਰੀ ਫੇਸਬੁੱਕ ਦਾ ਵੀ ਸ਼ੁਕਰੀਆ ਔਰ ਮੇਰੇ ਵਿਊਵਰਸ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਔਰ ਸਭ ਦੇ ਪਿਆਰ ਲੈ ਕੇ ਮੈਂ ਪਹੁੰਚ ਗਿਆ ਅਮੈਰੀਕਾ ਔਰ ਅਮੈਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਅੰਦਰ ਇਹ ਜਗ੍ਹਾ ਜਿਹੜੀ ਜਿਹਨੂੰ ਕਿ ਵਨ ਹੈਕਰ ਵੇ ਕਿਹਾ ਜਾਂਦਾ ਫੇਸਬੁੱਕ। ਮੈਂ ਕਹਾਂਗਾ ਕਿ ਅਮੇਜ਼ਿੰਗ, ਅਗਰ ਕਿਸੇ ਨੇ ਆਪਣੀ ਲਾਈਫ ਨੂੰ ਚੇਂਜ ਕਰਨਾ ਰਾਈਟ ਡਾਇਰੈਕਸ਼ਨ ਦੇ ਵਿੱਚ, ਤੁਸੀਂ ਰਾਈਟ ਵੇ 'ਤੇ ਚੱਲੋ ਤਾਂ ਤੁਹਾਡੀ ਬਿਲਕੁਲ ਲਾਈਫ ਹੀ ਚੇਂਜ ਹੋ ਜਾਏਗੀ ਸਾਹਮਣੇ। ਤਾਂ ਫਿਰ ਦੇਖਦੇ ਰਹੋ ਫੇਸਬੁੱਕ ਦੇ ਉੱਤੇ ਤੁਹਾਡਾ ਬਾਬਾ ਜੀ। ਲਓ ਜੀ।